ਗੁੱਡ ਮਾਰਨਿੰਗ ਸਟੂਡੈਂਟਸ ஆன்ਲਾਈਨ ਕਲਾਸ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ 5ਵੀਂ ਕਲਾਸ ਦਾ ਪਾਠ ਨੰਬਰ 7 ਜੋ ਕਿ ਇੱਕ ਕਹਾਣੀ ਹੈ ਸਤਰੰਗੀ ਤਿਤਲੀ ਇਹ ਕਹਾਣੀ ਜਸਵੀਰ ਪੁੱਲਰ ਜੀ ਦੁਆਰਾ ਲਿਖੀ ਗਈ ਹੈ ਅੱਜ ਆਪਾਂ ਸਤਰੰਗੀ ਤਿਤਲੀ ਕਹਾਣੀ ਪੜਾਂਗੇ ਪਾਠ ਪੜਾਂਗੇ ਆਪਾਂ ਸ਼ੁਰੂ ਕਰਦੇ ਹਾਂ ਡੱਬਾ ਖਰਗੋਸ਼ ਉਸ ਦਿਨ ਸ਼ਰਾਰਤੀ ਰੌਮ ਵਿੱਚ ਸੀ ਉਹ ਸਤਰੰਗੀ ਤਿਤਲੀ ਨੂੰ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ ਕਾ ਨੇ ਆਖਿਆ ਡੱਬੇ ਖਰਗੋਸ਼ ਤੂੰ ਸਾਨੂੰ ਲਿਤਾੜ ਰਿਹਾ ਏ ਪੌਦਿਆਂ ਨੇ ਆਖਿਆ ਤੂੰ ਸਾਡੀਆਂ ਟਾਣੀਆਂ ਪੰਨ ਰਿਹਾ ਏ ਡੱਬੇ ਖਰਗੋਸ਼ ਨੂੰ ਕੋਈ ਪਰਵਾਹ ਨਹੀਂ ਸੀ ਉਹ ਹਰ ਹਿੱਲੇ तितਲੀ ਨੂੰ ਫੜਨਾ ਚਾਹੁੰਦਾ ਸੀ तितਲੀ ਉੱਡ ਕੇ ਕਦੇ ਇੱਕ ਝਾੜੀ ਤੇ ਜਾ ਬੈਠਦੀ ਸੀ ਤੇ ਕਦੇ ਦੂਜੀ ਉੱਤੇ ਪਰ ਡੱਬਾ ਖਰਗੋਸ਼ ਉਸ ਨੂੰ ਚੈਨ ਨਹੀਂ ਸੀ ਲੈਣ ਦੇ ਰਿਹਾ तितਲੀ ਵੀ ਵਾਰ-ਵਾਰ ਆਪਣੇ ਆਪ ਨੂੰ ਬਚਾਉਂਦੀ ਹੋਈ ਹਾਫ ਗਈ ਸੀ ਉਹ ਸਾਹੋ-ਸਾਹ ਹੋਈ ਬੋਲੀ ਡੱਬੇ ਵੀਰੇ ਤੂੰ ਮੇਰੇ ਪਿੱਛੇ ਕਿਉਂ ਪਿਆ ਏ ਮੈਂ ਤਾਂ ਬਹੁਤ ਨਿੱਕੀ ਹਾਂ ਤੂੰ ਮੈਨੂੰ ਵੇਖ ਸਕਦਾ ਐ ਨਾ ਕਹਾਣੀ ਦੇ ਵਿੱਚ ਕੀ ਸੀਗਾ ਇੱਕ ਸਤਰੰਗੀ तितਲੀ ਸੀ ਤੇ ਦੂਸਰਾ ਕੌਣ ਸੀਗਾ ਡੱਬਾ ਖਰਗੋਸ਼ ਉਸ ਦਿਨ ਕਹਿਣਾ ਇੱਕ ਦਿਨ ਕੀ ਹੋਇਆ ਡੱਬਾ ਕੁਰਗੋਸ਼ ਬਹੁਤ ਜ਼ਿਆਦਾ ਸ਼ਰਾਰਤਾਂ ਦੇ ਮੂਡ ਵਿੱਚ ਸੀ ਸ਼ਰਾਰਤਾਂ ਮਤਲਬ ਬਹੁਤ ਜ਼ਿਆਦਾ ਰੌ ਮਤਲਬ ਸ਼ਰਾਰਤ ਸ਼ਰਾਤੀ ਰੌ ਮਤਲਬ ਚਾਂਬੜ ਰਿਹਾ ਸੀ ਉਸ ਦਿਨ ਉਹ ਉਸਤਰੰਗੀ ਤਿਤ ਉੱਥੇ ਇੱਕ ਉਸਨੇ ਤਿਤਲੀ ਵੇਖੀ ਉਹ ਤਿਤਲੀ ਨੂੰ ਬਾਰ-ਬਾਰ ਫੜਨ ਦੀ ਕੋਸ਼ਿਸ਼ ਕਰਦਾ ਸੀ ਤਿਤਲੀ ਉੱਡ ਕੇ ਜਿੱਥੇ ਵੀ ਜਾਂਦੀ ਸੀ ਉਹਦੇ ਪਿੱਛੇ ਜਾਂਦਾ ਸੀ ਤਾਂ ਉੱਥੇ ਜਿਹੜਾ ਘਾਹ ਸੀਗਾ ਘਾਹ ਨੂੰ ਕਹਿੰਦਾ ਡੱਬੇ ਕੁਰਗੋਸ਼ ਤੂੰ ਸਾਨੂੰ ਲਿਤਾੜ ਰਿਹਾ ਹੈ ਲਿਤਾੜ ਦਾ ਮਤਲਬ ਹੁੰਦਾ ਸਾਨੂੰ ਕੁੱਚਲ ਰਿਹਾ ਹੈ ਪੌਦਿਆਂ ਨੇ ਆਖਿਆ ਤੂੰ ਸਾਡੀਆਂ ਟਾਣੀਆਂ ਭੰਨ ਰਿਹਾ ਹੈ ਉਹ ਕਹਿੰਦੇ ਤੂੰ ਸਾਡੀਆਂ ਟਾਣੀਆਂ ਜਿਹੜੀਆਂ ਨਹੀਂ ਗੀਆਂ ਤੂੰ ਜਿੱਦੋਂ ਇੱਧ ਸਾਡੀਆਂ ਟਾਣੀਆਂ ਟੁੱਟ ਰਹੀਆਂ ਹਨ ਪਰ ਜਿਹੜਾ ਡੱਬਾ ਖਰਗੋਸ਼ ਸੀ ਉਸ ਨੂੰ ਕੋਈ ਵੀ ਫਿਕਰ ਨਹੀਂ ਸੀ ਉਹ ਤਿਤਲੀ ਨੂੰ ਫੜਨਾ ਚਾਹੁੰਦਾ ਸੀ ਤੇ ਤਿਤਲੀ ਵੀ ਸਾਹੋ ਸਾਹ ਹੋਈ ਬੋਲੀ ਕਹਿੰਦੀ ਡੱਬੇ ਵੀਰੇ ਤੂੰ ਮੇਰੇ ਪਿੱਛੇ ਕਿਉਂ ਪਿਆ ਹੈ ਮੈਂ ਤਾਂ ਬਹੁਤ ਨਿੱਕੀ ਆ ਤੂੰ ਤੇ ਮੈਨੂੰ ਵੇਖ ਸਕਦਾ ਹੈ ਨਾ ਵੀ ਮੈਂ ਕਿੰਨੀ ਛੋਟੀ ਆ ਤੂੰ ਇਹ ਨਹੀਂ ਨਿੱਕੀ ਵੀ ਨਹੀਂ ਕਿ ਮੈਂ ਤੈਨੂੰ ਵੇਖ ਨਾ ਸਕਾਂ ਖਰਗੋਸ਼ ਬੋਲਿਆ ਤਿਤਲੀ ਨੇ ਲੰਮਾ ਸਾਹ ਭਰਿਆ ਮੈਂ ਤਾਂ ਤੇਤੋਂ ਬਹੁਤ ਕਮਜ਼ੋਰ ਹਾਂ ਫੇਰ ਤੂੰ ਮੈਨੂੰ ਕਿਉਂ ਤੰਗ ਕਰ ਰਿਹਾ ਹੈ ਬੱਸ ਤੈਨੂੰ ਵੇਖ ਕੇ ਮੈਨੂੰ ਖਿਜ ਆ ਰਹੀ ਹੈ ਤੂੰ ਐਵੇਂ ਫਜ਼ੂਲ ਜਹੀ ਚੀਜ਼ ਹੈ ਤੈਨੂੰ ਤਾਂ ਹਵਾ ਵੀ ਜਿੱਧਰ ਮਰਜ਼ੀ ਉਡਾ ਕੇ ਲੈ ਜਾਵੇ ਖਰਗੋਸ਼ ਨੇ ਕਿਹਾ ਦੇਖ ਉਹ ਕਹਿੰਦੀ ਮੈਨੂੰ ਤੰਗ ਕਿਉਂ ਕਰ ਰਹੇ ਮੈਂ ਤਾਂ ਬਹੁਤ ਜ਼ਿਆਦਾ ਛੋਟੀ ਜੀ ਆ ਤੇ ਮੈਂ ਤਾਂ ਬਹੁਤ ਜ਼ਿਆਦਾ ਕਮਜ਼ੋਰ ਵੀ ਆ ਤੇ ਮੈਨੂੰ ਫਿਰ ਵੀ ਤੰਗ ਕਰ ਰਹੇ ਆ ਤਾਂ ਡੱਬ ਬਕਰ ਗੋਸ਼ ਕਹਿੰਦਾ ਬਸ ਮੈਨੂੰ ਤੈਨੂੰ ਦੇਖ ਕੇ ਗੁੱਸਾ ਆਉਂਦਾ ਕਿਉਂ ਗੁੱਸਾ ਆਉਂਦਾ ਕਿਉਂਕਿ ਮੈਨੂੰ ਲੱਗਦਾ ਹੈ ਕਿ ਤੂੰ ਤਾਂ ਦੁਨੀਆ ਦੇ ਉੱਤੇ ਐਵੇਂ ਫਜ਼ੂਲ ਜੀ ਚੀਜ਼ਾਂ ਤੈਨੂੰ ਤਾਂ ਜੇ ਇੰਨੀ ਤੂੰ ਹਲਕੀ ਐ ਨਾ ਕਿ ਤੈਨੂੰ ਤਾਂ ਹਵਾ ਵੀ ਜਿੱਥੇ ਜੀ ਕਰੇ ਉਡਾ ਕੇ ਲੈ ਜਾਵੇ ਖਰਗੋਸ਼ ਉਸ ਨੂੰ ਕਹਿੰਦਾ ਹੈ ਫਜੂਲ ਤਾਂ ਕੁਝ ਵੀ ਨਹੀਂ ਹੁੰਦਾ ਹਰ ਇੱਕ ਜੀਵ ਦੀ ਆਪਣੀ ਲੋੜ ਹੈ ਆਪਣਾ ਕੰਮ ਹੈ ਨਿੱਕੇ ਤੋਂ ਨਿੱਕੇ ਜੀਵ ਦੀ ਆਪਣੀ ਸ਼ਕਤੀ ਹੈ तितਲੀ ਕਹਿਣ ਲੱਗੀ तितਲੀ ਕਹਿੰਦੀ ਫਜੂਲ ਤਾਂ ਕਹਿੰਦੀ ਇਸ ਦੁਨੀਆ ਦੇ ਉੱਤੇ ਕੋਈ ਵੀ ਨਹੀਂ ਹੁੰਦਾ ਜਿੰਨੇ ਵੀ ਜੀਵ ਜੰਤੂ ਪਸ਼ੂ ਪੰਛੀ ਜਾਨਵਰ ਪਰਮਾਤਮਾ ਨੇ ਬਣਾਏ ਹਨ ਇਹ ਹਰ ਇੱਕ ਜੀਵ ਦੀ ਆਪਣੀ ਆਪਣੀ ਸ਼ਕਤੀ ਹੈ ਆਪਣੇ ਆਪਣੀ ਲੋੜ ਹੈ ਠੀਕ ਹੈ ਤਾਂ ਉਹ ਕਹਿੰਦੀ ਹਰ ਇੱਕ ਜੀਵ ਦੀ ਆਪਣੀ ਆਪਣੀ ਸ਼ਕਤੀ ਹੈ तितਲੀ ਨੇ ਉਸ ਨੂੰ ਕਿ ਆ ਖਰਗੋਸ਼ ਨੂੰ ਸ਼ਕਤੀ ਡੱਬਾ ਖਰਗੋਸ਼ ਹੱਸਣ ਲੱਗਾ ਪਰ ਮੈਨੂੰ ਤਾਂ ਤੇਰੇ ਵਿੱਚ ਕੋਈ ਇਹੋ ਜਿਹੀ ਸ਼ਕਤੀ ਨਹੀਂ ਦਿਸਦੀ ਕੀ ਪਤਾ ਹੈ ਤਿਤਲੀ ਨੇ ਕਿਹਾ ਤਿਤਲੀ ਨੂੰ ਕਹਿੰਦਾ ਕਹਿੰਦਾ ਸ਼ਕਤੀ ਹੱਸ ਕੇ ਕਹਿੰਦਾ ਕਹਿੰਦਾ ਸ਼ਕਤੀ ਤੇਰੇ ਵਿੱਚ ਜਿਹੀ ਕਿਹੜੀ ਕੋਈ ਸ਼ਕਤੀ ਹੋਊਗੀ ਤਾਕਤ ਹੋਊਗੀ ਮੈਨੂੰ ਤਾਂ ਕੁਝ ਅਜਿਹੀ ਕੋਈ ਤਾਕਤ ਨਹੀਂ ਲੱਗਦੀ ਤੇਰੇ ਵਿੱਚ ਕੀ ਪਤਾ ਹੈ ਤਿਤਲੀ ਨੇ ਗਿਆ ਤਿਤਲੀ ਕਹਿੰਦੀ ਤੈਨੂੰ ਕੀ ਪਤਾ ਮੇਰੇ ਵਿੱਚ ਵੀ ਕੋਈ ਸ਼ਕਤੀ ਹੋ ਸਕਦੀ ਹੈ ਨੈਕਸਟ ਪੇਜ ਬੇਟਾ ਜੇ ਇਹ ਗੱਲ ਹੈ ਤਾਂ ਹੋ ਜਾਏ ਇੱਕ ਮੁਕਾਬਲਾ ਆਪਾਂ ਸਾਡੇ ਕੁਰਨਿਆਂ ਤੱਕ ਜਾਵਾਂਗੇ ਵੇਖਦੇ ਹਾਂ ਉੱਥੇ ਕੌਣ ਪਹਿਲਾਂ ਪਹੁੰਚਦਾ ਹੈ ਖਰਗੋਸ਼ ਹੰਕਾਰ ਵਿੱਚ ਬੋਲਿਆ ਬਸ ਫੇਰ ਕੀ ਸੀ ਦੋਹਾਂ ਵੇਦਾਂ ਮੁਕਾਬਲਾ ਸ਼ੁਰੂ ਹੋ ਗਿਆ ਖਰਗੋਸ਼ ਨੇ ਆਪਣੇ ਆਪਣੇ ਛੇ ਜਲਦੀ ਜਲਦੀ ਚੱਲਣ ਦੇ ਉੱਤੇ ਜਿਹੜੇ ਟਪੂਸੀਆਂ ਮਾਰ-ਮਾਰ ਕੇ ਖਰਗੋਸ਼ ਇੱਕ ਥਾਂ ਤੋਂ ਦੂਜੀ ਥਾਂ ਤੇ ਜਲਦੀ ਜਲਦੀ ਪਹੁੰਚ ਜਾਂਦੇ ਨੇ ਉਹਨਾਂ ਨੂੰ ਹੰਕਾਰ ਸੀਗਾ ਤਾਂ ਉਹਨੂੰ ਕਹਿੰਦਾ ਜੇ ਇਹੀ ਗੱਲ ਹੈ ਤਾਂ ਕਹਿੰਦਾ ਮੇਰੇ ਨਾਲ ਤੂੰ ਮੁਕਾਬਲਾ ਕਰ ਆਪਾਂ ਸਾਡੇ ਕੁਰਨਿਆਂ ਤੱਕ ਜਾਵਾਂਗੇ ਕੁਰਨਿਆਂ ਦਾ ਮਤਲਬ ਹੁੰਦਾ ਹੈਗਾ ਜਿੱਥੇ ਬੇਟਾ ਖਰਗੋਸ਼ ਰਹਿੰਦੇ ਹਨ ਉਹ ਖਰਗੋਸ਼ ਉਹ ਕਹਿੰਦਾ ਆਪਾਂ ਸਾਡੇ ਘੁੰਮਿਆਂ ਤੱਕ ਜਾਵਾਂਗੇ ਤਾਂ ਫਿਰ ਕਿਸੇ ਦੋਨਾਂ ਦੇ ਵਿੱਚ ਮੁਕਾਬਲਾ ਸ਼ੁਰੂ ਹੋ ਗਿਆ ਡੱਬਾ ਖਰਗੋਸ਼ ਪਾਲਛਣ ਵਿੱਚ ਹਿੱਟ ਪੂਸੀਆਂ ਮਾਰਦਾ ਨਜ਼ਰਾਂ ਤੋਂ ਓਲੇ ਹੋ ਗਿਆ तितਲੀ ਆਪਣੇ ਸਤਰੰਗੇ ਪਰਾਂ ਨੂੰ ਹਿਲਾਉਂਦੀ ਹੋਈ ਉਹਦੇ ਪਿੱਛੇ-ਪਿੱਛੇ ਉੱਡ ਪਈ ਉਹ ਬਹੁਤ ਦੇਰ ਤੱਕ ਉੱਡਦੀ ਰਹੀ ਅੱਗੇ ਪਹੁੰਚੀ ਤਾਂ ਉਹ ਝੀਲ ਦੇ ਕਿਨਾਰੇ ਡੱਬਾ ਖਰਗੋਸ਼ ਨਿੰਮ ਚੂਣਾ ਹੋਇਆ ਬੈਠਾ ਦਿਸ ਪਿਆ ਨਿੰਮੋ ਚੂਣਾ ਦਾ ਮਤਲਬ ਹੁੰਦਾ ਬੇਟਾ ਉਦਾਸ ਹੋ ਜਾਣਾ ਤਾਂ ਡੱਬਾ ਖਰਗੋਸ਼ ਇੱਕਦਮ ਹੀ ਟਪੂਸੀਆਂ ਮਾਰਦਾ ਹੋਇਆ ਜਲਦੀ-ਜਲਦੀ ਨੰ ਤਿਤਲੀ ਤਾਂ ਦੂਰ ਚਲਾ ਗਿਆ ਤਿਤਲੀ ਵੀ ਉਹਦੇ ਪਿੱਛੇ ਪਿੱਛੇ ਉੜਦੀ ਉੜਦੀ ਚਲੀ ਗਈ ਤਾਂ ਅੱਗੇ ਜਾ ਕੇ ਕੀ ਦੇਖਦੀ ਹੈ ਕਿ ਜਿਹੜਾ ਡੱਬਾ ਖਰਗੋਸ਼ ਹੈ ਉਦਾਸ ਹੋਇਆ ਬੈਠਾ ਬੈਠਾ ਹੈ ਤੂੰ ਖਲੋ ਕੋ ਗਿਆ ਹੈ ਤਿਤਲੀ ਨੇ ਡੱਬੇ ਖਰਗੋਸ਼ ਨੂੰ ਆਖਿਆ ਅੱਗੇ ਝੀਲ ਜੂ ਹੈ ਜੇ ਮੈਂ ਪਾਣੀ ਉੱਤੇ ਪੈਰ ਰੱਖਿਆ ਤਾਂ ਡੁੱਬ ਜਾਵਾਂਗਾ ਫਿਰ ਮੇਰੇ ਕੋਲੋਂ ਪਾਣੀ 'ਚੋਂ ਨਿਕਲਿਆ ਨਹੀਂ ਜਾਣਾ ਉਹ ਕਹਿੰਦੀ ਤੂੰ ਇੱਥੇ ਕਿਉਂ ਖੜ ਗਿਆ ਹੈ ਖਲੋ ਦਾ ਮਤਲਬ ਕਿਉਂ ਖੜ ਗਿਆ ਹੈ ਤਾਂ ਡੱਬੇ ਖਰਗੋਸ਼ ਨੇ ਗਿਆ ਕਹਿੰਦਾ ਅੱਗੇ ਕੀ ਹੈਗਾ ਅੱਗੇ ਝੀਲ ਹੈ ਜੇ ਮੈਨੂੰ ਪਤਾ ਹੈ ਨਾ ਜੀ ਮੈਂ ਝੀਲ ਦੇ ਪਾਣੀ ਦੇ ਵਿੱਚ ਪੈਰ ਰੱਖਾਂ ਤਾਂ ਮੈਂ ਡੁੱਬ ਤਾਂ तितਲੀ ਕਹਿੰਦੀ ਤੇ ਫਿਰ ਖਰਗੋਸ਼ ਉਸ ਨੂੰ ਕਹਿੰਦਾ ਕਹਿੰਦਾ ਫਿਰ ਮੇਰੇ ਕੋਲ ਪਾਣੀ ਦਿੱਤੀ ਉਹ ਤਾਂ ਨਿਕਲਿਆ ਵੀ ਨਹੀਂ ਜਾਣਾ तितਲੀ ਉੱਡ ਕੇ ਇੱਕ ਤਰ ਪਾਣੀ ਉੱਤੇ ਤਰ ਰਹੀ ਇੱਕ ਪੱਤੇ ਉੱਤੇ ਬੈਠ ਗਈ ਵੇਖ ਝੀਲ ਮੈਨੂੰ ਕੁਝ ਵੀ ਨਹੀਂ ਕਹਿ ਰਹੀ ਡੱਬਾ ਖਰਗੋਸ਼ ਚੁੱਪ ਰਿਹਾ ਮੈਂ ਤਾਂ ਉੱਡ ਕੇ ਵੀ ਝੀਲ ਦੇ ਅਗਲੇ ਪਾਸੇ ਜਾ ਸਕਦੀ ਹਾਂ तितਲੀ ਨੇ ਡੱਬੇ ਖਰਗੋਸ਼ ਨੂੰ ਕਿਹਾ तितਲੀ ਉਸ ਨੂੰ ਦਿਖਾਉਣਾ ਚਾਹੁੰਦੀ ਸੀ ਕਿ ਦੇਖ ਮੈਨੂੰ ਝੀਲ ਤਾਂ ਕੁਝ ਵੀ ਨਹੀਂ ਕਹਿੰਦੀ ਉੱਥੇ ਇੱਕ ਪੱਤਾ ਸੀਗਾ ਉਹਦੇ ਉੱਤੇ ਜਾ ਕੇ ਉਹ ਬੈਠ ਗਈ ਕਿ ਦੇਖ ਮੈਂ ਤਾਂ ਪੱਤੇ ਦੇ ਪੱਤੇ ਉੱਤੇ ਬੈਠ ਕੇ ਵੀ ਇਹਦੇ ਵਿੱਚ ਨਹੀਂ ਡੁੱਬ ਰਹੀ ਹਾਂ ਝੀਲ ਦੇ ਵਿੱਚ ਉਹ ਬੈਠਾ ਚੁੱਪ ਉੱ ਜਾ ਪੁੱਛ ਨੂੰ ਵੇਖਦਾ ਰਿਹਾ ਤੇ ਮੈਂ ਤਾਂ ਕਹਿੰਦੀ ਵੈਸੇ ਵੀ ਉੱਡ ਕੇ ਵੀ ਜਾ ਸਕਦੀ ਹਾਂ ਕਿਉਂਕਿ ਮੈਨੂੰ ਉੱਡਣਾ ਆਉਂਦਾ ਹੈ ਤਾਂ ਮੈਂ ਉੱਡ ਨਹੀਂ ਸਕਦਾ ਬੱਬੇ ਖਰਗੋਸ਼ ਦੀ ਬਾਜ਼ ਵਿੱਚ ਬੇਵਸੀ ਸੀ ਕੋਈ ਗੱਲ ਨਹੀਂ ਤੂੰ ਉਪਰੋਂ ਉੱਤੋਂ ਦੀ ਵਾਲ ਦੇ ਕੇ ਜੀਹਦੇ ਅਗਲੇ ਪਾਰ ਪਹੁੰਚ ਉਥੇ ਆਪਾਂ ਮੁਕਾਬਲਾ ਫਿਰ ਸ਼ੁਰੂ ਕਰ ਲਵਾਂਗੇ ਸਤਰੰਗੀ तितਲੀ ਨੇ ਡੱਬੇ ਖਰਗੋਸ਼ ਨੂੰ ਆਪਣਤ ਨਾਲ ਕਿਹਾ ਆਪਣਤ ਦਾ ਮਤਲਬ ਹੁੰਦਾ ਬੇਟਾ ਆਪਣਾਪਣ ਠੀਕ ਹੈ ਆਪਣਾ ਸਮਝਣਾ ਤਾਂ ਉਹਨੂੰ ਕਹਿੰਦਾ ਉਹਨੂੰ ਹੁਣ ਪਤਾ ਸੀ ਰੱਬੇ ਖਰਗੋਸ਼ ਨੂੰ ਵੀ ਮੈਂ ਤਾਂ ਉੱਡ ਨਹੀਂ ਸਕਦਾ ਬਹੁਤ ਜ਼ਿਆਦਾ ਉਦਾਸ ਜਿਹਾ ਹੋ ਕੇ ਕਹਿੰਦਾ ਵੀ ਤੂੰ ਤਾਂ ਉੱਡ ਕੇ ਵੀ ਪਹੁੰਚ ਜਾਵੇਂਗੀ ਮੈਂ ਉੱਡ ਕੇ ਨਹੀਂ ਪਹੁੰਚ ਸਕਦਾ ਤਾਂ ਉਸ ਨੂੰ तितਲੀ ਕਹਿੰਦੀ ਹੈ ਕਹਿੰਦੀ ਅਪ ਟੂ ਇਸ ਤਰ੍ਹਾਂ ਕਰ ਵੀ ਚੀਲ ਦੇ ਉੱਪਰੋਂ ਦੀ ਬਾੜ ਦੇਖੀ ਮਤਲਬ ਘੁੰਮ ਕੇ ਨਾ ਉੱਥੇ ਪਹੁੰਚ ਅੱਗੇ ਇੱਕ ਫੁੱਲਾਂ ਦੀ ਬਾਦੀ ਹੈ ਆਪਾਂ ਉਥੋਂ ਦੁਆਰਾ ਜਿਹੜੀ ਆਪਣੀ ਦੌੜ ਹੈ ਉਹ ਸ਼ ਡੱਬੇ ਖਰਗੋਸ਼ ਦੇ ਜਾਣ ਪਿੱਛੋਂ तितਲੀ ਉੱਡੀ ਅਤੇ ਉਹ तितਲੀ ਉੱਡੀ ਤੇ ਛੀਲ ਦੇ ਅਗਲੇ ਪਾਰ ਪਹੁੰਚ ਗਈ। ਡੱਬੇ ਖਰਗੋਸ਼ ਦਾ ਹਾਲੇ ਕਿਧਰੇ ਨਾ ਨਿਸ਼ਾਨ ਵੀ ਨਹੀਂ ਸੀ। ਸਾਹਮਣੇ ਫੁੱਲਾਂ ਦੀ ਵਾਦੀ ਸੀ। ਫੁੱਲਾਂ ਦੀ ਵਾਦੀ ਵਿੱਚ ਖਰਗੋਸ਼ਾਂ ਦੇ ਘੁੰਨੇ ਸਨ। ਉਹ ਕੁਝ ਚਿਰ ਉੱਥੇ ਬੈਠੀ ਰਹੀ ਅਤੇ ਫਿਰ ਫੁੱਲਾਮਲ ਉੱਡ ਪਈ। ਉਹ ਕਦੀ ਇੱਕ ਫੁੱਲ ਕੋਲ ਜਾਂਦੀ ਤੇ ਕਦੀ ਦੂਜੇ ਕੋਲ। ਇੱਕ ਘੁੰਨੇ ਕੋਲ ਇੱਕ ਬੈਠਾ ਬੁੱਢਾ ਖਰਗੋਸ਼ ਛੁਪਚਪ तितਲੀ ਨੂੰ ਵੇਖਦਾ ਰਿਹਾ। तितਲੀ ਉਹਦੇ ਨੇੜੇ ਆਈ ਤਾਂ ਉਹ ਮੁਸਕਰਾਇਆ। ਤਿਤਲੀ ਜੇ ਦੁੱਥੀ ਪਹੁੰਚਦੀ ਹੈ ਤਾਂ ਉੱਥੇ ਜਾ ਕੇ ਕੀ ਦੇਖਦੀ ਹੈ ਜਦੋਂ ਅਗਲੇ ਪਾਰ ਪਹੁੰਚਦੀ ਹੈ ਤਾਂ ਉੱਥੇ ਇੱਕ ਕੀ ਸੀ ਫੁੱਲਾਂ ਦੀ ਬਾਦੀ ਸੀ ਮਤਲਬ ਬਹੁਤ ਸਾਰੇ ਫੁੱਲ ਖਿੜੇ ਹੋਏ ਸੀ ਤਿਤਲੀ ਕਰ ਇੱਕ ਫੁੱਲ ਤੇ ਬੈਠਦੀ ਕਦੇ ਦੂਸਰੇ ਫੁੱਲ ਤੇ ਬੈਠਦੀ ਇਹ ਸਾਰਾ ਕੁਝ ਕੌਣ ਦੇਖ ਰਿਹਾ ਸੀ ਉੱਥੇ ਇੱਕ ਬੈਠਾ ਬੁੱਢਾ ਖਰਗੋਸ਼ ਸਤਰੰਗੀ ਤਿਤਲੀ ਇੱਕ ਫੁੱਲ ਤੇ ਬੈਠ ਗਈ ਬਾਬਾ ਖਰਗੋਸ਼ ਇੱਥੇ ਤਾਂ ਬਹੁਤ ਸੋਹਣੇ ਸੋਹਣੇ ਫੁੱਲ ਨੇ ਹਾਂ ਬਹੁਤ ਸੋਹਣੇ ਨੇ ਬਿਲਕੁਲ ਤੇਰੇ ਸਤਰੰਗੇ ਪਰਾਂ ਵਰਗੇ ਬੁੱਢਾ ਖਰਗੋਸ਼ ਹੱਸਿਆ ਜੇ ਤੈਨੂੰ ਇਹ ਫੁੱਲ ਐਨੇ ਹੀ ਚੰਗੇ ਲੱਗਦੇ ਨੇ ਤਾਂ ਤੂੰ ਇੱਥੇ ਹੀ ਰਹਿ ਇੰਨੇ ਸਾਰੇ ਫੁੱਲਾਂ ਵਿੱਚ ਰਹਿਣ ਨੂੰ ਮੇਰਾ ਵੀ ਜੀ ਕਰਦਾ ਹੈ ਪਰ ਤਾਂ ਸਤਰੰਗੀ तितਲੀ ਉਹਨੂੰ ਜਾ ਕੇ ਬੁੱਡੇ ਖਰਗੋਸ਼ ਨੂੰ ਕਹਿੰਦੀ ਬਾਬਾ ਇੱਥੇ ਤਾਂ ਕਹਿੰਦੀ ਕਿੰਨੇ ਸੋਹਣੇ ਸੋਹਣੇ ਫੁੱਲ ਨੇ ਉਹ ਕਹਿੰਦਾ ਹਾਂ ਜੀ ਮੈਂ ਤੇਰੇ ਸਤਰੰਗੇ ਪੱਰ ਨੇ ਨਾ ਸਤਰੰਗੇ ਤੇਰੇ ਸਤਰੰਗੇ ਪੱਰ ਨੇ ਐਸੀ ਤਰ੍ਹਾਂ ਹੀ ਇਹਨਾਂ ਫੁੱਲਾਂ ਦੇ ਵੀ ਰੰਗ ਨੇ ਫੁੱਲ ਬਹੁਤ ਜ਼ਿਆਦਾ ਸੋਹਣੇ ਨੇ ਜੇ ਤੈਨੂੰ ਕਹਿੰਦਾ ਨਹੀਂ ਸੋਹਣੇ ਫੁੱਲ ਲੱਗਦੇ ਨੇ ਤਾਂ ਤੈਨੂੰ ਇੱਥੇ ਹੀ ਰਹਿਣਾ ਚਾਹੀਦਾ ਹੈ तितਲੀ ਬੁੱਡੇ ਖਰਗੋਸ਼ ਨੂੰ ਕਹਿੰਦੀ ਮੇਰਾ ਇੱਥੇ ਰਹਿਣ ਨੂੰ ਜੀ ਤਾਂ ਕਰਦਾ ਹੈ ਪਰ ਪਰ ਮਤਲਬ ਉਹ ਅੱਗੇ ਕੁਝ ਕਹਿਣਾ ਚਾਹੁੰਦੀ ਹੈ ਵਾਰ ਕੀ ਬੁੱਢਾ ਖਰਗੋਸ਼ ਪੁੱਛਣ ਲੱਗਾ ਪਰ ਉਹ ਨੂੰ ਪੁੱਛਦਾ ਹੈ ਕਿ ਤੂੰ ਕੀ ਕਹਿਣਾ ਚਾਹਣੀ ਹੈ ਅੱਗੇ ਸਤਰੰਗੀ तितਲੀ ਹਾਲੇ ਮੂੰਹੋਂ ਕੁਝ ਬੋਲਣ ਹੀ ਲੱਗੀ ਸੀ ਕਿ ਸਾਹੋ-ਸਾਹ ਹੋਇਆ ਡੱਬਾ ਖਰਗੋਸ਼ ਵੀ ਉੱਥੇ ਪਹੁੰਚ ਗਿਆ ਚੱਲ ਹੁਣ ਇੱਥੋਂ ਫਿਰ ਮੁਕਾਬਲਾ ਸ਼ੁਰੂ ਕਰਦੇ ਹਾਂ ਡੱਬਾ ਖਰਗੋਸ਼ ਹਫਦਾ ਹੋਇਆ ਬੋਲਿਆ ਇਸ ਤੋਂ ਅੱਗੇ ਤਾਂ ਨਦੀ ਹੈ तितਲੀ ਬੋਲੀ ਇੱਥੇ ਐਨੇ ਨੂੰ ਉੱਥੇ ਜਿਹੜਾ ਬੁੱਢਾ ਡੱਬਾ ਖਰਗੋਸ਼ ਸੀ ਉਹ ਵੀ ਪਹੁੰਚ ਜਾਂਦਾ ਹੈ ਉਸ ਨੂੰ ਕਹਿੰਦਾ ਕਹਿੰਦਾ ਚਲ ਅੱਥੋਂ ਫੇਰ ਦੁਬਾਰਾ ਮੁਕਾਬਲਾ ਸ਼ੁਰੂ ਕਰਦੇ ਹਾਂ ਤੇ तितਲੀ ਉਸ ਨੂੰ ਯਾਦ ਕਰਾਉਂਦੀ ਹੈ ਕਿ ਅੱਗੇ ਤਾਂ ਨਦੀ ਹੈ हां इसने आगे ਤਾਂ ਨਦੀ ਹੈ ਡੱਬੇ ਖਰਗੋਸ਼ ਨੂੰ ਨਦੀ ਦਾ ਚੇਤਾ ਵੀ ਨਹੀਂ ਸੀ ਰਿਹਾ ਉਸ ਹਾਰਿਆਵਾਂਗ ਸਿਰ ਛੁੱਟ ਲਿਆ ਡੱਬੇ ਮੈਨੂੰ ਪਤਾ ਹੈ ਤੂੰ ਬਹੁਤ ਤੇਜ਼ ਦੌੜਦਾ ਹੈ ਇਸ ਲਈ ਮੈਂ ਹਾਰ ਮੰਨ ਲੈਣੀ ਹਾਂ तितਲੀ ਉੱਡ ਕੇ ਉਹਦੇ ਕੋਲ ਜਾ ਬੈਠੀ ਹੁਣ ਤਾਂ ਤੂੰ ਖੁਸ਼ ਹੈ ਡੱਬੇ ਖਰਗੋਸ਼ ਨੇ ਹੈਰਾਨ ਹੋ ਕੇ तितਲੀ ਵੱਲ ਵੇਖਿਆ ਤਾਂ ਡੱਬੇ ਖਰਗੋਸ਼ ਨੂੰ ਬਿਲਕੁਲ ਵੀ ਯਾਦ ਨਹੀਂ ਸੀ ਕਿ ਅੱਗੇ ਅੱਗੇ ਤਾਂ ਨਦੀ ਹੈ ਉਹ ਤਾਂ ਛੀਲ ਦੇ ਵਿੱਚੋਂ ਹੀ ਡਰ ਗਿਆ ਸੀਗਾ ਤੇ ਨਦੀ ਉਹ ਕਿਵੇਂ ਪਾਰ ਕਰਕੇ ਅੱਗੇ ਅੱਗੇ ਜਾ ਸਕਦਾ ਸੀ ਨਮਹਾਰਿਆ ਵਾਂਗ ਉਥੇ ਸਿਰ ਸੁਟ ਕੇ ਬੈਠ ਗਿਆ ਤੇ तितਲੀ ਉਸ ਨੂੰ ਕਹਿੰਦੀ ਕਹਿੰਦੀ ਮੈਨੂੰ ਪਤਾ ਹੈ ਕਿ ਤੂੰ ਬਹੁਤ ਜ਼ਿਆਦਾ ਤੇਜ਼ ਦੌੜਦਾ ਹੈ ਤੇ ਉਹ ਉਹ ਜਾ ਕੇ ਉਸਦੇ ਕੋਲ ਕਹਿੰਦੀ ਹੈ ਕਹਿੰਦੀ ਮੈਂ ਫਿਰ ਵੀ ਹਾਰ ਮੰਨ ਲੈਣੀ ਹਾਂ ਹੁਣ ਤਾਂ ਤੂੰ ਖੁਸ਼ ਹੈ ਨਾ ਤੇ ਉਹ ਸੋਚਦਾ ਵੀ ਇਹਨੇ ਹਾਰ ਕਿਉਂ ਮੰਨੀ ਹੈ ਉਹ ਅਫਦੇ ਵਾਲੇ ਹੈਰਾਨ ਹੋ ਕੇ ਵੇਖਦਾ ਹੈ ਮੈਨੂੰ ਆਲੇ-ਪੋਲੇ ਖਰਗੋਸ਼ ਬਹੁਤ ਚੰਗੇ ਲੱਗਦੇ ਨੇ ਹੈ ਤੁਹਾਨੂੰ ਲੱਗਦੇ ਨੇ ਤੁਹਾਨੂੰ ਵੇਖ ਕੇ ਸਭ ਨੂੰ ਖੁਸ਼ੀ ਮਿਲਦੀ ਹੈ ਆਲੇ-ਪੋਲੇ ਦਾ ਮਤਲਬ ਹੁੰਦਾ ਜਿਹੜੇ ਭੋਲੇ-ਪਾਲੇ ਜੇ ਖਰਗੋਸ਼ ਹੁੰਦੇ ਨੇ ਸਤਰੰਗੀ तितਲੀ ਨੇ ਮੁਸਕਰਾਉਂਦਿਆਂ ਹੋਇਆਂ ਖਰਗੋਸ਼ ਨੂੰ ਕਿਹਾ ਜੇ ਖਰਗੋਸ਼ ਮੇਰੇ ਦੋਸਤ ਹੋ ਜਾਣ ਤਾਂ ਮੈਂ ਇੱਥੇ ਹੀ ਰਹਿ ਪਾਵਾਂ ਨਹੀਂ ਤਾਂ ਮੈਂ ਚਲੀ ਜਾਵਾਂ ਤਾਂ ਉਹਨੇ ਕਹਿੰਦੀ ਮੈਨੂੰ ਤੁਸੀਂ ਸਾਡੇ ਖਰਗੋਸ਼ ਤੇ ਮੈਨੂੰ ਬਹੁਤ ਵਧੀਆ ਲੱਗਦੇ ਨੇਗੇ ਤੇ ਮੇਰਾ ਤਾਂ ਇੱਥੇ ਰਹਿਣ ਨੂੰ ਤਾਂ ਦਿਲ ਕਰੇਗਾ ਜੇ ਸਾਰੇ ਖਰਗੋਸ਼ ਮੇਰੇ ਦੋਸਤ ਬਣ ਜਾਣ ਨਹੀਂ ਤੇ ਮੈਂ ਇਥੋਂ ਚਲੀ ਜਾਵਾਂ ਡੱਬੇ ਖਰਗੋਸ਼ ਦੀ ਸਤਰੰਗੀ तितਲੀ ਵਿਚਾਰ ਹੋਈ ਪਹਿਲੀ ਗੱਲਬਾਤ ਦਾ ਕੁਝ ਨਹੀਂ ਸੀ ਪਤਾ ਉਸਨੇ ਆਖਿਆ ਸਤਰੰਗੀ तितਲੀ ਇਹ ਤੈਨੂੰ ਇਹ ਕੁਝ ਇਹ ਕਹਿਣ ਦੀ ਕੀ ਲੋੜ ਪੈਗੀ ਅਸਦਾ ਸਭ ਦੇ ਦੋਸਤਾਂ ਫੁੱਲਾਂ ਦੇ ਵੀ तितਲੀਆਂ ਦੇ ਵੀ ਜੇ ਇਹ तितਲੀਆਂ ਫੁੱਲਾਂ ਦਾ ਧੂੜਾ ਇੱਕ ਫੁੱਲ ਤੋਂ ਦੂਜੇ ਫੁੱਲ ਤੱਕ ਨਾ ਲੈ ਕੇ ਜਾਣ ਤਾਂ ਫੁੱਲਾਂ ਦੇ ਬੀਜ ਕਿਵੇਂ ਬਣਨ ਫੁੱਲ ਕਿਵੇਂ ਖਿੜਨ ਜੰਗਲ ਟਾਪੂ ਸੋਹਣੇ ਕਿਵੇਂ ਲੱਗਣ ਤੂੰ ਇੱਥੇ ਹੀ ਰਹਿ ਇਹ ਤਾਂ ਅਸਲ ਵਿੱਚ ਇਹ ਤੇਰੀ ਹੀ ਥਾਂ ਹੈ ਡੱਬੇ ਖਰਗੋਸ਼ ਨੂੰ ਕੁਝ ਨਹੀਂ ਸੀ ਪਤਾ ਕਿ ਸਤਰੰਗੀ तितਲੀ ਤੇ ਡੱਬੇ ਖਰਗੋਸ਼ ਦੇ ਵਿਚਕਾਰ ਮੁਕਾਬਲਾ ਚੱਲ ਰਿਹਾ ਸੀ ਤਾਂ ਉਹ ਪੁੱਛਦਾ ਕਹਿੰਦਾ ਤੈਨੂੰ ਇਹ ਕਹਿੰਦੇ ਕੀ ਲੋੜ ਪੈਗੀ ਵੀ ਅਸੀਂ ਤੈਨੂੰ ਇੱਥੇ ਵੀ ਜੇ ਸਾਡੇ ਜੇ ਅਸੀਂ ਤੇਰੇ ਦੋਸਤ ਬਣੀ ਤਾਂ ਤੂੰ ਇੱਥੇ ਰਹੇਂਗੀ ਤਾਂ ਉਹ ਪੁੱਛੀ ਉਹ ਕਹਿੰਦਾ ਬੁੱਢਾ ਖਰਗੋਸ਼ ਕਹਿੰਦਾ ਅਸੀਂ ਤਾਂ ਸਾਰਿਆਂ ਦੇ ਦੋਸਤਾਂ ਫੁੱਲਾਂ ਦੇ ਵੀ ਦੋਸਤਾਂ तितਲੀਆਂ ਦੇ ਵੀ ਦੋਸਤਾਂ ਤੁਹਾਡੇ ਕਾਰਨ ਹੀ ਤਾਂ ਜਿਹੜੇ ਇੱਥੇ ਬਾਦੀ ਦੇ ਵਿੱਚ ਐਨੇ ਸੋਹਣੇ-ਸੋਹਣੇ ਫੁੱਲ ਖਿੜਦੇ ਨੇ ਕਿਵੇਂ ਖਿੜਦੇ ਨੇ ਕਿਉਂਕਿ तितਲੀਆਂ ਫੁੱਲਾਂ ਦਾ ਧੂੜਾ ਇੱਕ ਫੁੱਲ ਤੋਂ ਦੂਜੇ ਫੁੱਲ ਤੱਕ ਲੈ ਕੇ ਜਾਂਦੀਆਂ ਨੇ ਕਹਿੰਦਾ ਜੰਗਲ ਟਾਪੂ ਤਾਂ ਸੋਹਣੇ ਤਾਂ ਹੀ ਬਣਦੇ ਨੇ ਜੇ ਇੱਥੇ ਤੁਸੀਂ ਫੁੱਲਾਂ ਦਾ ਧੂੜਾ ਇੱਕ ਫੁੱਲ ਤੋਂ ਦੂਜੇ ਫੁੱ ਦੱਬਾ ਖਰਗੋਸ਼ ਸ਼ਰਮਸਾਰ ਹੋਇਆ ਬੈਠਾ ਸੀ ਉਹ ਬੋਲਿਆ ਸਤਰੰਗੀ तितਲੀਏ ਤੂੰ ਜਿਹੜੀ ਗੱਲ ਸਮਝਾਉਣੀ ਸੀ ਮੈਨੂੰ ਉਸ ਦੀ ਸਮਝ ਲੱਗ ਗਈ ਹੈ ਮੈਂ ਹੋਮੇ ਦੇ ਰੋਂ ਵਿੱਚ ਮੂਰਖ ਹੋ ਗਿਆ ਸਾਂ ਤੂੰ ਖੁਦ ਨੂੰ ਹਾਰਿਆ ਕਹਿ ਕੇ ਵੀ ਜਿੱਤ ਗਈ ਹੈ ਤੇਰੀ ਸ਼ਕਤੀ ਦੇ ਸਾਹਮਣੇ ਤਾਂ ਕੋਈ ਵੀ ਮਾਤ ਖਾ ਜਾਵੇ ਇਹ ਸਾਰੀਆਂ ਗੱਲਾਂ ਤੋਂ ਬਾਅਦ ਕੀ ਹੋਇਆ ਡੱਬਾ ਖਰਗੋਸ਼ ਸ਼ਰਮਿੰਦਾ ਹੋ ਕੇ ਬੈਠਾ ਸੀ ਅਤੇ ਉਹਨੇ ਸਤਰੰਗੀ तितਲੀ ਨੂੰ ਕਿਹਾ ਕਹਿੰਦਾ ਮੈਨੂੰ ਹੁਣ ਇਹ ਗੱਲ ਸਮਝ ਆ ਗਈ ਹੈ ਤੂੰ ਜਿਹੜੀ ਗੱਲ ਮੈਨੂੰ ਸਮਝਾਉਣਾ ਚਾਹੁੰਦੀ ਸੀ ਕਿ ਹਰ ਇੱਕ ਜੀਵ ਦੀ ਆਪਣੀ ਆਪਣੀ ਸ਼ਕਤੀ ਹੁੰਦੀ ਹੈ ਪਰ ਮੈਂ ਉਸ ਟੈਮ ਦੇ ਉੱਤੇ ਕਿਸੇ ਮੈਂ ਹੋਮੇ ਦਾ ਮਤਲਬ ਹੁੰਦਾ ਹੰਕਾਰ ਦੇ ਵਿੱਚ ਸੀ ਤੇ ਮੈਂ ਹੰਕਾਰ ਦੇ ਵਿੱਚ ਮੂਰਖ ਹੋ ਕੇ ਹੀ ਤੈਨੂੰ ਇੰਨੀਆਂ ਗੱਲਾਂ ਕਈਆਂ ਹਨ ਕਿ ਤੇਰੀ ਮੈਨੂੰ ਤੈਨੂੰ ਦੇਖੀ ਜਾਂਦੀ ਐ ਤੂੰ ਫਜ਼ੂਲ ਐ ਠੀਕ ਐ ਪਰ ਤੂੰ ਆਪਣੇ ਆਪ ਨੂੰ ਫਿਰ ਵੀ ਹਾਰਿਆ ਹੋਇਆ ਕਹਿ ਕੇ ਜਿੱਤ ਗਈ ਹੈ ਤੇਰੀ ਇਸ ਸ਼ਕਤੀ ਦੇ ਸਾਹਮਣੇ ਤਾਂ ਕੋਈ ਵੀ maat ਖਾ ਜਾਵੇ maat ਖਾ ਜਾ ਜਾਂਦਾ ਮਤਲਬ ਹੁੰਦਾ ਹੈ ਹਾਰ ਜਾਵੇ ਠੀਕ ਐ ਤਾਂ ਉਹ ਕਹਿੰਦਾ ਤੇਰੀ ਇਸ ਸ਼ਕਤੀ ਜਹੀ ਹੈ ਕਿ ਮੈਂ ਤੂੰ ਆਪਣੇ ਆਪ ਨੂੰ ਹਾਰਿਆ ਹੋਇਆ ਕਹਿ ਕੇ ਵੀ ਜਿੱਤ ਗਈ ਹੈ ਤਾਂ ਮੈਂ ਤੇਰੇ ਅੱਗੇ ਨਿ ਹਾਰ ਮੰਨ ਹਾਰ ਹੀ ਮੰਨ ਲੈਂਦਾ ਹਾਂ ਤੇ ਅੱਜ ਬੇਟਾ ਆਪਾਂ ਨੇ ਕੀ ਚੈਪਟਰ ਪੜਿਆ ਸਤਰੰਗੀ ਤਿਤਲੀ ਜਿਹੜਾ ਕਿ ਪਾਠ ਨੰਬਰ 7 ਹੈ ਤੁਹਾਡਾ ਇਹ ਮੈਨੂੰ ਉਮੀਦ ਹੈ ਕਿ ਬੇਟਾ ਤੁਹਾਨੂੰ ਇਹ ਸਾਰਿਆਂ ਨੂੰ ਚੱਕਰ ਸਮਝ ਆ ਗਿਆ ਹੋਵੇਗਾ ਧੰਨਵਾਦ